ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀ ਪੋਸਟ ਵਾਸਤੇ ਉਮਰ ਹੱਦ ਵਿੱਚ ਕੀਤੀ ਜਾਵੇ ਸੋਧ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਐਕਸ ਸਰਵਿਸਮੈਨ ਵਿੰਗ ਨੇ ਅੱਜ ਮੰਗ ਕੀਤੀ ਕਿ ਸੂਬਾ ਸਰਕਾਰ ਜੇਲ੍ਹ ਵਾਰਡਨ ਲਈ ਬਿਨੇ ਪੱਤਰ ਦੇਣ ਵਾਸਤੇ ਸਾਬਕਾ ਫੌਜੀਆਂ ਲਈ ਉਮਰ ਹੱਦ ਵਿੱਚ ਸੋਧ ਕੀਤੀ ਜਾਵੇ ਐਕਸ ਸਰਵਿਸਮੈਨ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਵਿਸ ਸਿਲੈਕਸ਼ਨ ਬੋਰਡ ਨੇ ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀਆਂ ਪੋਸਟਾਂ ਵਾਸਤੇ ਅਪਲਾਈ ਕਰਨ ਦੀ ਉਮਰ ਹੱਦ 35 ਸਾਲ ਤੈਅ ਕੀਤੀ ਉਹਨਾਂ ਨੇ ਕਿਹਾ ਅਸਲੀਅਤ ਇਹ ਹੈ ਕਿ ਬਹੁਤ ਸਾਰੇ ਸਾਬਕਾ ਫੌਜੀਆਂ ਵਾਸਤੇ ਇਹ ਪੋਸਟ ਅਪਲਾਈ ਨਹੀਂ ਕਰ ਸਕਦੇ ਉਹਨਾਂ ਨੇ ਮੰਗ ਕੀਤੀ ਕਿ ਉਮਰ ਹੱਦ ਵਧਾ ਕੇ 42 ਸਾਲ ਕੀਤੀ ਜਾਵੇ ਕੇਰ ਸਿੰਘ ਦੇ بیٹے ਨੇ ਲਿਖਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਕੇਰ ਸਿੰਘ ਦੇ بیٹے ਚਰਨਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਜੀ ਕੇ ਨੂੰ ਪੰਥ ਦੇ ਖਿਲਾਫ ਬਣਦੀ ਇੱਜ਼ਤ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੁਤਾਬ ਬਚਨ ਵੱਲੋਂ ਦਾਨ ਵਜੋਂ ਦਿੱਲੀ ਕਮੇਟੀ ਦੁਆਰਾ ਮਨਜ਼ੂਰ ਕੀਤੀ 12 ਕਰੋੜ ਰੁਪਏ ਦੀ ਰਕਮ ਸ੍ਰੀ ਅਕਾਲ ਤਖਤ ਦੇ ਵਿਰੋਧੀ ਸੰਗਠਨਾ ਤੇ ਸਿੱਖਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਇਸ ਖੜੀ ਵਿੱਚ ਚਰਨਜੀਤ ਸਿੰਘ ਨੇ ਇੱਕ ਪੱਤਰ ਵੀ ਲਿਖਿਆ ਜਿਸ ਵਿੱਚ ਮੰਗ ਕੀਤੀ ਕਿ ਮਨੁੱਖਤਾ ਦੀ ਸੇਵਾ ਕਰ ਰਹੀ ਦਿੱਲੀ ਕਮੇਟੀ ਦੇ ਕੰਮਕਾਜ ਵਿੱਚ ਵਿਗੜਨ ਪਾਉਣ ਵਾਲੇ ਮਨਜੀਤ ਸਿੰਘ ਜੀ ਕੇ ਆਪਣੇ ਕਾਰਜਕਾਲ ਦੇ ਦੌਰਾਨ ਅਮਤਾਬ ਬੱਚਾਂ ਦੇ ਵਿਰੁੱਧ ਇੱਕ ਸ਼ਬਦ ਨਹੀਂ ਬੋਲਿਆ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਕਿਰਪਾਨ ਤੇ ਪਾਬੰਦੀ ਹਟਵਾਉਣ ਲਈ ਸਿੱਖ ਲੀਡਰਾਂ ਦੀ ਮੰਤਰੀ ਨਾਲ ਮੁਲਾਕਾਤ ਇਹ ਹੱਲ ਵੀ ਸੁਝਾਇਆ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੈਲਜ਼ ਵਿੱਚ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਿਰਪਾਨ ਸਕੂਲ ਦੇ ਵਿੱਚ ਲਾ ਜਾਣ ਉੱਤੇ ਲਾਈ ਪਾਬੰਦੀ ਨੂੰ ਲੈ ਕੇ ਸਥਾਨਕ ਸਿੱਖ ਸੰਗਤ ਸਰਗਰਮ ਹੋ ਗਈ ਆ ਮੌਤਵਾਰ ਸਿੱਖ ਆਗੂਆਂ ਨੇ ਸਿੱਖਿਆ ਮੰਤਰੀ ਸਰਾਹਾ ਮਿਚੇਲ ਨਾਲ ਇਸ ਮੁੱਦੇ ਨੂੰ ਲੈ ਕੇ ਜ਼ੂਮ ਉਤੇ ਆਨਲਾਈਨ ਮੀਟਿੰਗ ਕੀਤੀ ਤੇ ਇਸ ਮਸਲੇ ਲਈ ਹੱਲ ਵੀ ਸੁਲਝਾਇਆ ਉਹਨਾਂ ਨੇ ਹਫਤੇ ਦੀ ਪਾਬੰਦੀ ਲਾਈ ਗਈ ਸੀ ਜਦੋਂ ਕਿ ਗੇਲੇਨਵੁੱਡ ਹਾਈ ਸਕੂਲ ਵਿਖੇ 14 ਸਾਲ ਦੇ ਇੱਕ ਲੜਕੇ ਨੇ ਕਤਿਤ ਤੌਰ ਉਤੇ ਕਿਰਪਾਨ ਨਾਲ 16 ਸਾਲ ਦੇ ਇੱਕ ਹੋਰ ਲੜਕੇ ਨੂੰ ਜ਼ਖਮੀ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਜੇ ਇਹ ਭਾਵੇਂ ਵਕਰੀ ਕਿਸਮ ਦਾ ਵਿਚਾਰ ਹੋ ਸਕਦਾ ਹਰ ਮਸਲੇ ਦਾ ਕੋਈ ਨਾ ਕੋਈ ਹੱਲ ਹੁੰਦਾ ਕਿਉਂਕਿ ਆਸਟ੍ਰੇਲੀਆ ਇੱਕ ਬਹੁ ਸੱਭਿਆਚਾਰਕ ਦੇਸ਼ ਹੈ ਇਥੋਂ ਦੀ ਸਰਕਾਰ ਹਰ ਸੱਭਿਆਚਾਰ ਤੇ ਧਰਮ ਨੂੰ ਇੱਕ ਸਮਾਨ ਵਤੀਰਾ ਰੱਖਦੀ ਹੈ ਕਰੋਨਾ ਨੂੰ ਲੈ ਕੇ ਕਿਸਾਨਾਂ ਬਾਰੇ ਦਿੱਤੇ ਬਿਆਨ ਤੇ ਬੂਰੇ ਫਸੇ ਤ੍ਰਿਪਤ ਬਾਜਵਾ ਕਾਰਵਾਈ ਦੀ ਉੱਠੀ ਮੰਗ ਓਕੇ ਸਿੱਖ ਕਿਸਾਨਾਂ ਆਗੂ ਆਲ ਇੰਡੀਆ ਜੱਟ ਮਹਾਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬੱਡਹੇੜੀ ਨੇ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਉਸ ਬਿਆਨ ਦੀ ਸਖਤ ਨਕੀਦੀ ਕੀਤੀ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਕਰਕੇ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਦੇ ਨਾਲ ਫੈਲ ਰਹੀ ਆ ਇੱਥੇ ਪ੍ਰੈਸ ਬਿਆਨ ਦੇ ਵਿੱਚ ਬੱਡਹੇੜੀ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੂਝਾ ਯਤਨ ਉਹਨਾਂ ਨੇ ਦੋਸ਼ ਲਾਇਆ ਕਿ ਤ੍ਰਿਪਤ ਰਜਿੰਦਰ ਬਾਜਵਾ ਹੁਣ ਭਾਤਪਾਦੀ ਬੋਲੀ ਬੋਲ ਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਕਣਕ ਦੀਆਂ ਬੋਰੀਆਂ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਪੰਸਪਤ ਦੀ ਨਰੀਖਕ ਖਿਲਾਫ ਕੇਸ ਦਰਜ ਫਗਵਾੜਾ ਤੇ ਪੁਲਤਵਿਕੇ ਤਨਾਇਤ ਪੰਸਪਤ ਦੀ ਨਰੀਖਕ ਜਸਵਿੰਦਰ ਸਿੰਘ ਤੇ ਸਰਕਾਰੀ ਕਣਕ ਦੀਆਂ ਹਜ਼ਾਰਾਂ ਬੋਰੀਆਂ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਕੇਸ ਦਰਜ ਕੀਤਾ ਮਿਲੀ ਜਾਣਕਾਰੀ ਦੇ ਅਨੁਸਾਰ ਪੰਸਪਤ ਦੇ ਜ਼ਿਲ੍ਹਾ ਮੈਨੇਜਰ ਦਲਜੀਤ ਸਿੰਘ ਦੀ ਸ਼ਿਕਾਇਤ ਤੇ ਇਹ ਕੇਸ ਦਰਜ ਕੀਤਾ ਗਿਆ ਗੁਰਮੀਤ ਰਾਮ ਰਹੀਮ ਨੂੰ ਮਿਲੀ 48 ਘੰਟੇ ਦੀ ਕਸਟਡੀ ਪੈਰੋਲ ਸੁਨਾਰੀਆ ਜੇਲ੍ਹ ਤੋਂ ਮਾਂ ਮਿਲਣ ਪਹੁੰਚੇ ਗੁਰੂਗ੍ਰਾਮ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਜ਼ਬਰਜਨਾਹ ਤੇ ਹਤਿਆ ਦੇ ਦੋਚਾਂ ਦੇ ਵਿੱਚ ਜੇਲ੍ਹ ਕੱਟ ਰਹੇ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 48 ਘੰਟਿਆਂ ਦੀ ਕਸਟਡੀ ਪਰੋਲ ਮਿਲੀ ਹੈ ਸਨਾਰੀਆ ਜੇਲ੍ਹ ਤੋਂ ਸਵੇਰੇ 6:30 ਵਜੇ ਗੁਰਮੀਤ ਨੂੰ ਪਰੋਲ ਤੇ ਬਾਹਰ ਕੱਢਿਆ ਗਿਆ ਰਾਮ ਰਹੀਮ ਬਿਮਾਰ ਮਾਂ ਨੂੰ ਮਿਲਣ ਦੇ ਲਈ ਗੁਰੂਗ੍ਰਾਮ ਗਿਆ ਜਿੱਥੇ ਸੁਰੱਖਿਆ ਦੇ ਇੰਤਜ਼ਾਮ ਅਤੇ ਉਹਨਾਂ ਦੇ ਪਰੋਕਰਾਂ ਦੀ ਭੀੜ ਜਮਾ ਨਾ ਹੋਵੇ ਇਸ ਦੇ ਲਈ ਪੂਖਤਾ ਇੰਤਜ਼ਾਮ ਕੀਤੇ ਗਏ ਹਨ ਪੰਜਾਬ ਦੇ ਮੋਗਾ ਵਿੱਚ ਮਿਗ 21 ਕ੍ਰੈਸ਼ ਜ਼ਮੀਨ ਤੇ 5 ਫੁੱਟ ਧਸਿਆ ਗਰਦਨ ਟੁੱਟਣ ਨਾਲ ਪਾਇਲਟ ਦੀ ਮੌਤ ਪੰਜਾਬ ਦੇ ਮੋਗਾ ਦੇ ਕੋਲ ਵੀਰਵਾਰ ਰਾਤ 9:30 ਵਜੇ ਭਾਰਤੀ ਹਵਾਈ ਫੌਜ ਦਾ ਇੱਕ ਮਿਗ 21 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਇਸ ਹਾਦਸੇ ਦੇ ਵਿੱਚ 329 ਚੋਂ ਪਾਇਲਟ ਅਬਨਵ ਚੌਧਰੀ ਦੀ ਮੌਤ ਹੋ ਗਈ ਇਹ ਹਾਦਸਾ ਬਾਗਾਪੁਰਾਣਾ ਦੇ ਪਿੰਡ ਲੰਗਿਆਣਾ ਖੁਰਦ ਵਿਖੇ ਵਾਪਰਿਆ ਮੌਸਮ ਖਰਾਬ ਹੋਣ ਦੇ ਕਾਰਨ ਰੈਕਿਊ ਟੀਮ ਉੱਥੇ ਰਾਤ 11:00 ਵਜੇ ਪਹੁੰਚੀ ਰਾਤ ਕਰੀਬ 3:00 ਵਜੇ ਕੜੀ ਮਿਹਨਤ ਤੋਂ ਬਾਅਦ Laash ਜਿਹੜੀ ਪਾਇਲਟ ਦੀ ਬਾਹਰ ਕੱਢੀ ਗਈ ਸੂਤਰਾਂ ਦੇ ਅਨੁਸਾਰ ਗਰਦਨ ਟੁੱਟਣ ਕਾਰਨ ਪਾਇਲਟ ਚੌਧਰੀ ਦੀ ਮੌਤ ਹੋ ਗਈ ਰਿਪੋਰਟ ਦੇ ਅਨੁਸਾਰ ਭਾਰਤੀ ਹਵਾਈ ਫੌਜ ਨੇ ਦੱਸਿਆ ਕਿ ਦੁਰਘਟਨਾ ਦੇ ਸਮੇਂ ਜਹਾਜ਼ ਨੇ ਮੀ ਅਧਿਆਪਨ ਉਡਾਣ ਉੱਤੇ ਸੀ 9:30 ਵਜੇ ਪਿੰਡ ਲਗੀਆਂ ਨਾ ਖੁਰਦ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਦੈਸ਼ਤ ਵਿੱਚ ਆਏ ਲੋਕਾਂ ਅਨੁਸਾਰ ਜਹਾਜ਼ ਜ਼ਮੀਨ ਦੇ ਅੰਦਰ ਕਰੀਬ 5 ਫੁੱਟ ਤਾਸੀਆ ਕਰੀਬ 200 ਫੁੱਟ ਤੱਕ ਜਹਾਜ਼ ਦੇ ਟੁਕੜੇ ਫੈਲੇ ਹੋਏ ਹਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਦੇ ਵਫ਼ਦ ਨੇ ਮੇਰ ਨੂੰ ਦਿੱਤਾ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਅਤੇ ਪ੍ਰਧਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਉੱਚ ਪੱਦਰੀ ਵਫ਼ਦ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦੇ ਮੇਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਗਈ ਅਕਾਲੀ ਦਲ ਦੇ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਇੱਕ ਮੰਗ ਪੱਤਰ ਸੌਂਪਿਆ ਖੱਟੜ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਨੂੰ ਲੈ ਕੇ 350 ਕਿਸਾਨਾਂ ਦੇ ਵਿਰੁੱਧ ਮਾਮਲਾ ਦਰਜ ਹਰਿਆਣਾ ਪੁਲਿਸ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਰੁੱਧ ਪ੍ਰਦਰਸ਼ਨ ਦੌਰਾਨ ਸਰਕਾਰੀ ਕਰਮਚਾਰੀਆਂ ਤੇ ਕਥਿਤ ਤੌਰ ਤੇ ਹਮਲਾ ਕਰਨਾ ਤੇ ਪੱਥਰਵਾਦੀ ਕਰਨ ਦੇ ਦੋਸ਼ ਵਿੱਚ 350 ਕਿਸਾਨਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਮੁੱਖ ਮੰਤਰੀ ਨੇ ਇੱਥੇ ਪਿਛਲੇ ਹਫਤੇ ਵਿੱਚ ਇੱਕ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ ਸੀ ਪੁਲਿਸ ਨੇ ਵੀਰਵਾਰ ਨੂੰ ਅਰਬਨਾ ਸਟੇਟ ਥਾਣਾ ਇੰਚਾਰਜ ਵਿਰੇਂਦਰ ਕੁਮਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਅਧਿਕਾਰੀਆਂ ਨੇ ਦੱਸਿਆ ਐਤਵਾਰ ਨੂੰ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਹੋਈ ਝੜਪ ਤੋਂ 5 ਮੈਲ ਅਧਿਕਾਰੀਆਂ ਸਮੇਤ 20 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ। ਟ੍ਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ। ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਬੰਦ ਪਈਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਇਸ ਲਈ ਪੰਜਾਬ ਸਰਕਾਰ ਦੁਆਰਾ ਦਿੱਲੀ ਲਈ 12 ਦੇ ਕਰੀਬ ਬੱਸਾਂ ਚਲਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਜਲੰਧਰ ਡਿਪੂ ਤੋਂ। ਦਿੱਲੀ-ਦਲੀ ਸਵੇਰੇ 6:10 ਤੇ 7:30 10:57 ਡੇਢ ਉਸ ਤੋਂ ਬਾਅਦ ਇੱਕ 50 ਤੇ 3:35 ਤੇ ਬੱਸਾਂ ਰਵਾਨਾ ਹੋਣਗੀਆਂ ਲੁਧਿਆਣਾ ਤੋਂ 10 ਵੀ 11 ਵਜੇ 12 ਵਜੇ ਉਸ ਤੋਂ ਬਾਅਦ 4:30 ਵਜੇ ਜਦਕਿ ਬਟਾਲਾ ਡਿਪੂ ਤੋਂ ਸਵੇਰੇ 6:40 ਤੇ ਸ਼ਾਮ 4:30 ਤੇ ਬੱਸਾਂ ਭੇਜੀਆਂ ਜਾਣਗੀਆਂ ਇੱਕ ਵਾਰ ਫਿਰ ਮਹਿੰਗੇ ਹੋਏ ਪੈਟਰੋਲ ਅਤੇ ਡੀਜ਼ਲ ਦੇ ਭਾਅ ਜਾਣੂ ਆਪਣੇ ਸ਼ਹਿਰ ਦੇ ਵਿੱਚ ਕੀ ਕੀਮਤਾਂ ਨੇ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਇੱਕ ਵਾਰ ਫਿਰ ਵਾਦਾ ਦਰਜ ਕੀਤਾ ਗਿਆ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਅੱਜ ਡੀਜ਼ਲ ਦੀ ਕੀਮਤ ਵਿੱਚ 28 ਤੋਂ 30 ਪੈਸੇ ਤੇ ਪੈਟਰੋਲ ਦੀ ਕੀਮਤ ਵਿੱਚ 14 ਤੋਂ 19 ਪੈਸੇ ਵਾਧਾ ਦਰਜ ਕੀਤਾ ਗਿਆ ਰਾਜਸਥਾਨੀ ਵਿੱਚ ਪੈਟਰੋਲ 19 ਪੈਸੇ ਵਧ ਕੇ 93 ਰੁਪਏ ਤੇ ਡੀਜ਼ਲ 19 ਪੈਸੇ ਵਧ ਕੇ 83 ਰੁਪਏ ਪ੍ਰਤੀ ਲੀਟਰ 83 ਰੁਪਏ 80 ਪੈਸੇ ਪ੍ਰਤੀ ਲੀਟਰ ਹੋ ਗਿਆ ਦੇਸ਼ ਦੇ ਵਿੱਖ-ਵੱਖ ਸ਼ਹਿਰਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਰੇਟ ਹੁਣ ਤੱਕ ਦੇ ਰਿਕਾਰਡਡ ਸਿਖਰ ਤੇ ਚੱਲ ਰਹੇ ਹਨ ਕੇਵਲ ਮਈ ਮਹੀਨੇ ਦੌਰਾਨ ਹੀ ਹੱਦ ਤੱਕ ਪੈਟਰੋਲ 2 ਰੁਪਏ 70 ਪੈਸੇ ਤੇ ਡੀਜ਼ਲ 3 ਰੁਪਏ 7 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋ ਚੁੱਕਾ ਹੈ ਵੱਧ ਵਸੂਲੀ ਨੂੰ ਲੈ ਕੇ ਮੈਕਸ ਹਸਪਤਾਲ ਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ ਰਿਕਾਰਡ ਕੀਤਾ ਜਬਤ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਮ ਤੇ ਜ਼ਿਆਦਾ ਵਸੂਲੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਸਿਹਤ ਵਿਭਾਗ ਚੁਕੰਨਾ ਹੈ ਸ਼ਿਕਾਇਤ ਮਿਲਣ ਤੇ ਮਾਨਸਾ ਰੋਡ ਸਥਿਤ ਮੈਕਸ ਹਸਪਤਾਲ ਵਿੱਚ ਛਾਪੇਮਾਰੀ ਕਰਕੇ ਰਿਕਾਰਡ ਨੂੰ ਜ਼ਬਤ ਕੀਤਾ ਗਿਆ ਵੀਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾਕਟਰ ਅਨੁਪਮ ਸ਼ਰਮਾ ਜ਼ਿਲ੍ਹਾ ਨੋਡਲ ਅਫਸਰ ਕਰੋਨਾ ਡਾਕਟਰ ਮਨੀਸ਼ ਗੁਪਤਾ ਮੈਡੀਕਲ ਅਫਸਰ ਡਾਕਟਰ ਸੁਸ਼ਾਂਤ ਕੁਮਾਰ ਨੇ ਇੱਕ ਪੀੜਤ ਦੀ ਸ਼ਿਕਾਇਤ ਤੇ ਮੈਕਸ ਹਸਪਤਾਲ ਵਿੱਚ ਛਾਪੇਮਾਰੀ ਕੀਤੀ ਤੇ ਰਿਕਾਰਡ ਨੂੰ ਕਬਜ਼ੇ ਵਿੱਚ ਲੈ ਲਿਆ ਜਾਣਕਾਰੀ ਦੇ ਅਨੁਸਾਰ ਫਾਜ਼ਿਲਕਾ ਵਸਿਆ ਰਾਧੇ ਕ੍ਰਿਸ਼ਨ ਸੱਚ ਦੇਵਾ ਜੋ ਕਿ 5 ਦਿਨ ਪਹਿਲਾਂ ਮੈਕਸ ਹਸਪਤਾਲ ਵਿੱਚ ਦਾਖਲ ਹੋਇਆ ਕਿਉਂਕਿ ਉਸ ਦਾ ਹੈਲਥ ਬੀਮਾ ਵੀ ਹੋਇਆ ਸੀ ਤੇ ਬਿੱਲ 1 ਲੱਖ 90000 ਰੁਪਇਆ ਬਣ ਗਿਆ ਜਿਸ ਤਰ੍ਹਾਂ ਉਸ ਦੀ ਮੌਤ ਹੋ ਗਈ ਤੇ ਪਰਿਵਾਰ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 20000 ਰੁਪਏ ਲੈਣ ਤੋਂ ਬਾਅਦ ਹਸਪਤਾਲ ਨੇ 33000 ਰੁਪਏ ਹੋਰ ਦੀ ਮੰਗ ਕੀਤੀ ਤੇ Laash ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਤੇ ਪੈਸੇ ਵਸੂਲ ਲੈ। ਪਿੰਡਾਂ ਦੇ ਵਿੱਚ ਖੋਲੇ ਜਾਣਗੇ 1 ਲੱਖ LPG ਵੰਡ ਕੇਂਦਰ ਖਪਤਕਾਰਾਂ ਨੂੰ ਮਿਲੀ ਸਹੂਲਤ ਸਰਕਾਰ ਨੇ ਈ ਸੇਵਾ ਸੌਪਰਦਗੀ ਇਕਾਈਆਂ ਵੀਰਵਾਰ ਨੂੰ ਕਿਹਾ ਕਿ ਉਹ ਮਾਰਚ 2022 ਤੱਕ ਦੇਸ਼ਪਾੜ ਦੇ ਵਿੱਚ 1 ਲੱਖ ਐਲਪੀਜੀ ਵੰਡ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਇਹ ਪਿੰਡੂ ਅਤੇ ਅਰਧ ਸ਼हरी ਖੇਤਰਾਂ ਦੇ ਕੇਂਦਰਿਤ ਹੋਵੇਗਾ ਸੀਐਸਸੀ ਐਸਵੀਪੀ ਨੇ ਇਸ ਦੇ 3000 ਰਾਜਾਂ ਦੀ ਮਾਲਕੀ ਵਾਲੀ ਤੇਲ ਕੰਪਨੀ ਬੀਪੀਸੀਐਲ ਅਤੇ ਐਚਐਸਪੀਸੀਐਲ ਅਤੇ ਆਈਓਸੀ ਦੀ ਸਹਿਯੋਗ ਨਾਲ ਵੱਖ-ਵੱਖ ਰਾਜਾਂ ਵਿੱਚ ਤਕਰੀਬਨ 21000 ਐਲਪੀਜੀ ਕੇਂਦਰ ਖੋਲੇ ਜਾਣਗੇ ਬੰਦ ਹੋ ਸਕਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਪੰਜਾਬ ਸਰਕਾਰ ਦੇ ਵੱਲੋਂ 1 April ਤੋਂ ਔਰਤਾਂ ਦੇ ਲਈ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਦਾ ਐਲਾਨ ਕੀਤਾ ਗਿਆ ਇਸ ਯੋਜਨਾ ਦੇ ਅਧੀਨ 15 May ਤੋਂ 45 ਦਿਨਾਂ ਅੰਤ ਵਿੱਚ ਵਿੱਚ ਜਲੰਧਰ ਡਿੱਪੂ ਨੂੰ ਕੱਲਾ 2 ਕਰੋੜ ਦਾ ਘਾਟਾ ਪੈ ਗਿਆ ਜੀ ਇਸ ਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਜਲਦੀ ਬਿੱਲ ਦੀ ਰਾਸ਼ੀ ਰਿਲੀਜ਼ ਨਾ ਹੋਈ ਤਾਂ ਪੰਜਾਬ ਰੋਡਵੇਜ਼ ਨੂੰ ਵੱਡੀ ਪਰੇਸ਼ਾਨੀ ਉਠਾਣੀ ਪੈ ਸਕਦੀ ਆ ਜਲੰਧਰ ਡਿਪੂਆਂ ਦੇ ਕੋਲੇ ਪੈਸੇ ਦੀ ਸ਼ਾਰਟੇਜ ਦੇ ਕਾਰਨ ਡੀਜ਼ਲ ਦੀ ਘਾਟ ਵਿੱਚ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ ਤੇ ਸਥਾਨਕ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿੱਚ ਪੈਸਿਆਂ ਨੂੰ ਲੈ ਕੇ ਮੰਗ ਕੀਤੀ ਜਾ ਚੁੱਕੀ ਆ ਪੈਸਿਆਂ ਦੀ ਕਿਰਲਤ ਕਾਰਨ ਸਟਾਫ ਨੂੰ ਤਨਖਾਹ ਦੇਣੀ ਵੀ ਮੁਸ਼ਕਲ ਹੋ ਰਹੀ ਆ ਨਾ ਨਾ ਛਪਨ ਦੀ ਸੂਰਤ ਵਿੱਚ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿੱਲ ਭੇਜਣ ਤੋਂ ਬਾਅਦ ਕਈ ਤਰ੍ਹਾਂ ਦੀ ਕਾਗਜ਼ੀ ਦੀ ਵਾ ਕਾਰਵਾਈ ਮੰਗ ਕੀਤੀ ਗਈ ਆ ਜਿਸ ਕਾਰਨ ਬਿੱਲ ਦੁਆਰਾ ਭੇਜੇ ਜਾਣਗੇ ਪੰਜਾਬ ਕਾਂਗਰਸ ਦੇ ਵਿੱਚ ਮੱਚੇ ਕਿਸਮਾਨ ਤੇ ਹਾਈ ਕਮਾਂਡ ਨੇ ਦਕਲ ਦੀਆਂ ਚਰਚਾਵਾਂ ਦਾ ਨਵਾਂ ਮੂੜ ਪੰਜਾਬ ਕਾਂਗਰਸ ਦੇ ਵਿੱਚ ਮੱਚੇ ਕਿਸਮਾਨ ਨੂੰ ਸ਼ਾਂਤ ਕਰਨ ਦੇ ਲਈ ਹਾਈ ਕਮਾਂਡ ਵੱਲੋਂ ਛੇਤੀ ਹੀ ਮੋਰਚਾ ਸੰਭਾਲ ਲੰਦੀਆਂ ਚਰਚਾਵਾਂ ਵਿੱਚ ਨਵਾਂ ਮੂੜ ਆ ਗਿਆ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਛੇਤੀ ਹੀ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ रावत ਪੰਜਾਬ ਦਾ ਦੌਰਾ ਕਰਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ ਉੱਤੇ ਹੀ ਵੀਰਵਾਰ ਨੂੰ ਸਾਹਮਣੇ ਆਏ ਹਰੀਸ਼ रावत 'ਚ ਅਚਾਨਕ ਸਿਹਤ ਖਰਾਬ ਹੋ ਗਈ ਜਿਸ ਕਰਕੇ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਉਹਨਾਂ ਦੇ ਗਲੇ ਵਿੱਚ ਖਾਰਛਤੇ ਵੋਕਲ ਕੋਰਡਰ ਦੀ ਕੁਝ ਸਮੱਸਿਆ ਜਿਸ ਕਰ ਨੂੰ ਉਹਨਾਂ ਨੂੰ ਲਗਾਤਾਰ ਬੋਲਣ ਵਿੱਚ ਕਠਿਨਾਈ ਮਹਿਸੂਸ ਹੋ ਰਹੀ ਹੈ ਇਸ ਲਈ ਉਹ ਜਿਵੇਂ ਹੀ ਬਿਹਤਰ ਹੋਣਗੇ ਉਦੋਂ ਵਿਚਾਰ ਅਤੇ ਗੱਲਬਾਤ ਕਰਨਗੇ ਪ੍ਰੇਂਕਾ ਗਾਂਧੀ ਤੋਂ ਉਮੀਦ ਸਿੱਧੂ ਨੇ ਵੀਡੀਓ ਕੀਤੀ ਸ਼ੇਅਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਦੇ ਵਿੱਚ ਸਾਹਮਣੇ ਆਏ 2,99,000 ਕੇਸ 4209 ਮਰੀਜ਼ਾਂ ਦੀ ਗਈ ਜਾਨ ਭਾਰਤ ਵਿੱਚ ਇੱਕ ਦਿਨ ਚ ਕੋਵਿਡ-19 ਨਾਲ 4200 9 ਲੋਕਾਂ ਦੀ ਹੋਰ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਦੇਸ਼ ਵਿੱਚ ਵਾਇਰਸ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 291331 ਹੋ ਗਈ ਹੈ। ਸਿੰਘੂ ਬਾਰਡਰ ਤੇ ਇੱਕ ਵੀ ਕਿਸਾਨ ਦੀ ਕਰੋਨਾ ਨਾਲ ਨਹੀਂ ਹੋਈ ਮੌਤ ਕਿਸਾਨ ਜਥੇਬੰਦੀਆਂ ਦਾ ਦਾਵਾ ਕਿਸਾਨ ਪੰਜਾਬ ਦੀਆਂ 32 ਮਜ਼ਦੂਰ ਕਿਸਾਨ ਮੁਜਾਰਾਕਾਰੀ ਜਥੇਬੰਦੀਆਂ ਦੇ ਆਗੂਆਂ ਦਾ ਦਾਵਾ ਹੈ ਕਿ ਸਿੰਘੂ ਸਰਹੱਦ ਤੇ ਕੋਵਿਡ ਕਾਰਨ ਕਿਸੇ ਵੀ ਕਿਸਾਨ ਦੀ ਮੌਤ ਨਹੀਂ ਹੋਈ ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਕਰੋਨਾ ਵਾਇਰਸ ਕਾਰਨ ਇੱਕ ਕਿਸਾਨ ਦੀ ਮੌਤ ਬਾਰੇ ਝੂਠ ਫਲਾ ਕੇ ਉਹਨਾਂ ਦੇ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਜੀ ਕਿਸਾਨ ਯੂਨੀਅਨਾਂ ਨੇ ਮੀਟਿੰਗ ਕੀਤੀ ਹੈ ਸਿੰਘੂ ਸਰਹੱਦ ਤੇ ਕੋਵਿਡ 19 ਕਾਰਨ ਕਿਸੇ ਵੀ ਕਿਸਾਨ ਦੀ ਮੌਤ ਨਹੀਂ ਹੋਈ ਅਕਾਲੀ ਦਲ ਦੇ ਵੱਲੋਂ ਬਠਿੰਡਾ ਐਮਜ਼ ਦੇ ਪੰਜਾ ਸੇਤ ਕਾਮਿਆਂ ਨੂੰ ਵਾਪਸ ਆਉਣ ਦਾ ਸੱਦਾ ਕਈਆਂ ਇਹ ਗੱਲਾਂ ਮੈਡੀਕਲ ਸਰਕਾਰੀ ਮੈਡੀਕਲ ਕਾਲਜ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹੂਲਤ ਨਾ ਦਿੱਤੇ ਜਾਣ ਤੋਂ ਖਫਾ ਹੋ ਕੇ ਵਾਪਸ ਪਰਤੇ 50 ਤੋਂ ਜ਼ਿਆਦਾ ਵਰਕਰਾਂ ਨੂੰ ਅਕਾਲੀ ਦਲ ਦੁਪਟਿਆਲਾ ਸ਼ਹਿਰੀ ਦੇ ਵੱਲੋਂ ਮੁੜ ਕੰਮ ਤੇ ਪਰਤਣ ਦਾ ਸੱਦਾ ਦਿੱਤਾ ਗਿਆ ਪ੍ਰਧਾਨ ਹਰਪਾਲ ਸਿੰਘ ਜੁਨੇਜਾ ਨੇ ਐਲਾਨ ਕੀਤਾ ਕਿ ਸਿਹਤ ਕਾਮੇ ਕਰੋਨਾ ਪੀੜਤਾਂ ਦੀ ਸੇਵਾ ਲਈ ਮੁੜ ਤੋਂ ਪਰਤਦੇ ਹਨ ਤਾਂ ਉਹਨਾਂ ਨੂੰ ਖਾਣ ਪੀਣਨ ਤੇ ਰਹਿਣ ਦੀਆਂ ਸਹੂਲਤਾਂ ਦਾ ਜਿੰਮਾ ਅਕਾਲੀ ਦਲ ਚੁੱਕੇਗਾ ਉਹਨਾਂ ਨੇ ਕਿਹਾ ਜਿ ਉਹ ਤਜਰਬੇਕਾਰ ਵਰਕਰ ਹਨ ਤੇ 2 ਲੱਖ ਤੋਂ 150 ਨੂੰ ਚੁਣਿਆ ਗਿਆ ਸੀ ਉਹਨਾਂ ਵੱਲੋਂ ਮਰੀਜ਼ਾਂ ਦੇ ਦਿਲ ਲਾ ਕੇ ਸੇਵਾ ਕੀਤੀ ਜਾ ਰਹੀ ਸੀ ਪਰ ਜਦੋਂ ਸਰਕਾਰ ਨੇ ਕੋਈ ਸਹੂਲਤ ਨਾ ਦਿੱਤੀ ਤਾਂ ਉਹ ਅੱਕ ਕੇ ਵਾਪਸ ਚਲੇ ਗਏ ਸਰਕਾਰ ਦੀ ਇੱਕ ਤੋਂ ਵੱਡੀ ਨਲਾਇਕੀ ਹੋਰ ਕੀ ਹੋ ਸਕਦੀ ਆ ਰਾਜ ਅਤੇ ਕੇਂਦਰ ਸਾਸਤ ਪ੍ਰਦੇਸ਼ ਬਜ਼ੁਰਗ ਨਾਗਰਿਕਾਂ ਤੇ ਅਨਾਥ ਹੋ ਚੁੱਕੇ ਬੱਚਿਆਂ ਲਈ ਚੁੱਕਣ ਕਦਮ ਗ੍ਰਹਿ ਮੰਤਰਾਲਾ ਗ੍ਰਹਿ ਮੰਤਰਾਲੇ ਨੇ ਰਾਜਾਂ ਕੇਂਦਰ ਸਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਮਾਜ ਕਮਜ਼ੋਰ ਵਰਗਾਂ ਦੀਆਂ ਔਰਤਾਂ ਬਜ਼ੁਰਗ ਨਾਗਰਿਕਾ ਖਾਸ ਕਰਕੇ ਉਹਨਾਂ ਬੱਚਿਆਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਹੜੇ ਕਰੋਨਾ ਵਾਇਰਸ ਕਾਰਨ ਅਨਾਥ ਹੋ ਗਏ ਹਨ ਕਿਸਾਨਾਂ ਦੀ ਸਬਰ ਦਾ ਪ੍ਰਧਾਨ ਮੰਤਰੀ ਹੋਰ ਇਮਤਿਹਾਨ ਨਾ ਲੈਣ ਬੀਬੀ ਜਗੀਰਕਰ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋਏ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਬਰ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਹੋਰ ਇਮਤਿਹਾਨ ਨਹੀਂ ਲੈਣਾ ਚਾਹੀਦਾ ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਪਾਲਤੂ ਕੁੱਤੇ ਦੀ ਮੌਤ ਨੇ ਫੜਿਆ ਤੂਲ ਵੈਟਰਨਰੀ ਡਾਕਟਰ ਦੇ ਖਿਲਾਫ ਪਰਚਾ ਦਰਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿੱਚ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਦੇ ਪਾਲਤੂ ਕੁੱਤੇ ਦੀ ਲਾਜ਼ ਦੌਰਾਨ ਮੌਤ ਦੇ ਕੇਸ ਉਸ ਸਮੇਂ ਗਰਮਾ ਗਿਆ ਜਦੋਂ ਪਾਲਤੂ ਜਾਨਵਰ ਦੇ ਮਾਲਕ ਵੱਲੋਂ ਵੈਟਰਨਰੀ ਡਾਕਟਰ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਜਿਸ ਤੇ ਵੈਟਰਨਰੀ ਡਾਕਟਰ ਭੜਗੁੱਠੇ ਵੈਟਰਨਰੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਮੁਤਾਬਕ ਇਹ ਕੁੱਤਾ ਪੰਜਾਬ ਦੇ ਇੱਕ ਸੀਨੀਅਰ ਦਾ ਅਧਿਕਾਰੀ ਦਾ ਜਿਸ ਨੂੰ ਇਲਾਜ ਲਈ ਇਸ ਅਧਿਕਾਰੀ ਦੇ ਸੁਰੱਖਿਆ ਮੁਲਾਜ਼ਮ ਹਸਪਤਾਲ ਲੈ ਕੇ ਆਏ ਇਸ ਕੁੱਤੇ ਦੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਅਤੇ ਛਾਤੀ ਦੀਆਂ ਗੰਡਾਂ ਦੀ ਸਮੱਸਿਆ ਸੀ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁੱਤੇ ਦੇ ਸਰੀਰ ਵਿੱਚ ਵੱਡਾ ਫੋੜਾ ਪਾਇਆ ਗਿਆ ਜੋ ਜਿਗਰ ਦੇ ਕੈਂਸਰ ਦੀ ਸੰਭਾਵਨਾ ਬਾਰੇ ਦੱਸਦਾ ਹੈ ਪੂਰੀ ਰਿਪੋਰਟ ਅਜੇ ਆਉਣੀ ਬਾਕੀ ਹੈ ਇਹ ਮੁਲਾਜ਼ਮ ਕੁੱਤੇ ਨੂੰ ਸੰਭਾਲਣ ਅਤੇ ਕਾਬੂ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਐਸੋਸੀਏਸ਼ਨ ਨੇ ਕੁੱਤੇ ਦੇ ਮੂੰਹ ਬੂਰੀ ਦੇ ਨਾਲ ਬੰਦ ਕਰਨ ਸਬੰਧੀ ਲਾਇ ਦੋਚਾਂ ਨੂੰ ਬੇਬੁਨਿਆਦ ਦੱਸਿਆ ਹੈ 30000 ਤੋਂ ਜ਼ਿਆਦਾ ਪਸ਼ਵਾਂ ਤੇ ਜਾਨਵਰਾਂ ਦਾ ਕੀਤਾ ਜਾਂਦਾ ਹੈ ਇਲਾਜ ਜੇਕਰ ਐਫਆਈਆਰ ਰੱਦ ਨਾ ਕੀਤੀ ਤਾਂ ਛੇੜਨਗੇ ਅੰਦੋਲਨ ਕਰੋਨਾ ਦੀ ਤੀਜੀ ਲਹਿਰ ਬੱਚਿਆਂ ਦੇ ਲਈ ਚਿੰਤਾਜਨਕ ਸਿਹਤ ਵਿਭਾਗ ਨੂੰ ਕੈਪਟਨ ਨੇ ਦਿੱਤੇ ਸਖਤ ਹੁਕਮ ਉਨ੍ਹਾਂ ਨੇ ਕਿਹਾ ਜੀ ਮਿਸ਼ਨ ਵਾਗ ਪੂਰੀ ਤਨਦੇਈ ਨਾਲ ਤਿਆਰੀਆਂ ਵਿੱਚ ਜੁੱਟ ਜਾਣ ਇਹਨਾਂ ਤਿਆਰੀਆਂ ਦੇ ਤਹਿਤ ਜੂਨ ਦੇ ਅੰਤ ਤੱਕ ਸਿਹਤ ਵਿਭਾਗ ਦੇ ਸਾਰੇ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ ਇਸ ਤਰ੍ਹਾਂ ਮੁੱਖ ਮੰਤਰੀ ਨੇ ਪਿੰਡੂ ਇਲਾਕਿਆਂ ਦੇ ਵਿੱਚ ਮਜਦੂਦ ਦਾ ਲਹਿਰ ਦੇ ਫਲਾ ਨੂੰ ਕਾਬੂ ਹੇਠਾ ਲਿਆਉਣ ਦੇ ਲਈ ਘਰ ਘਰ ਨਿਗਰਾਨੀ ਕਰਨ ਦੇ ਲਈ ਨਿਰਦੇਸ਼ ਦਿੱਤੇ ਹਨ ਮਾਰਚ ਦੇ ਵਿੱਚ ਲਏ ਗੇ ਨਮੂਨਿਆਂ ਵਿੱਚ 96% ਯੂਕੇ ਦਾ ਵਾਇਰਸ ਹੈ ਵੱਧ ਵਸੂਲੀ ਨੂੰ ਲੈ ਕੇ ਪ੍ਰਾਈਵੇਟ ਹਸਪਤਾਲਾਂ ਦੇ ਸਖਤ ਹਸਪਤਾਲਾਂ ਤੇ ਸਖਤ ਮੁੱਖ ਮੰਤਰੀ ਸੁ ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਕੋਵਿਡ ਮਰੀਜ਼ਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ ਇਹਨਾਂ ਹਸਪਤਾਲਾਂ ਵੱਲੋਂ ਪੈਸੇ ਵਾਪਸ ਕਰਵਾਏ ਜਾਣੇ ਚਾਹੀਦੇ ਹਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਵਸੂਲਿਆ ਗਿਆ 12 ਕਰੋੜ ਰੁਪਏ ਦਾ ਜੁਰਮਾਨਾ ਕਿਸਾਨ ਆਗੂ ਧਨੇਰ ਦੇ ਵਿਰੋਧ ਭੱਦੀ ਭਾਸ਼ਾ ਵਰਤਨ ਤੇ ਕਿਸਾਨ ਜਥੇ ਵੱਲੋਂ ਸਾਬਕਾ ਸੰਸਦੀ ਸਕੱਤਰ ਦੀ ਕੋਠੀ ਮੂਹਰੇ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਡਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੇ ਵਿਰੋਧ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਭੱਦੀ ਭਾਸ਼ਾ ਵਰਤਨ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਅੰਦਰ ਰੋਸ ਮਾਰਚ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਕੁੰਨਸ ਮੈਂਬਰ ਐਸ்சி ਪੀਸੀ ਦੀ ਕੋਟੀ ਦੇ ਅੱਗੇ ਧਰਨਾ ਦੇ ਕੇ ਰੂਹ ਭਰਪੂਰ ਨਾਰੇਬਾਜ਼ੀ ਕੀਤੀ ਗਈ ਆਪਕਾਰੀ ਅਤੇ ਕਰ ਵਿਭਾਗ ਦੀਆਂ ਅਸਾਮੀਆਂ ਭਰਨ ਦੇ ਲਈ ਇਸ਼ਤਿਹਾਰ ਜਾਰੀ ਰਮਨ ਬੈਲ ਅਦੀਨ ਸੇਵਾਮਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਆਪਕਾਰੀ ਅਤੇ ਕਰ ਵਿਭਾਗ ਵਿੱਚ ਆਪਕਾਰੀ ਅਤੇ ਕਰ ਇੰਸਪੈਕਟਰਾਂ ਤੇ ਉਦਯੋਗਿਕ ਵਿਭਾਗ ਦੇ ਉੱਚ ਅਧਿਕਾਰੀਆਂ ਉਮਤੀ ਅਫਸਰ ਬਲਾਕ ਪੱਦਰ ਤੇ ਪਸਾਰਦੀਆਂ ਅਸਾਮੀਆਂ 168 ਅਸਾਮੀਆਂ ਦੇ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਇਹ ਜਾਣਕਾਰੀ ਇੱਥੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅਬਕਾਰੀ ਅਤੇ ਕਰ ਵਿਭਾਗ ਦੇ ਵਿੱਚ ਪੋਸਟਸ ਇਨ ਐਕਸਾਈਜ਼ ਅਤੇ ਟੈਕਸ਼ਨ ਡਿਪਾਰਟਮੈਂਟ ਅਬਕਾਰੀ ਅਤੇ ਕਰ ਇਨਸਪੈਕਟਰਾਂ ਦੀਆਂ 51 ਅਸਾਮੀਆਂ ਲਈ ਉਦਯੋਗ ਅਤੇ ਕਮਰਸ ਵਿਭਾਗ ਦੇ ਉੱਚ ਅਧਯੋਗਿਕ 29 ਅਫਸਰਾਂ ਦੀਆਂ 56 ਤੇ ਬਲਾਗ ਪੱਦਰ ਦੇ ਪਸਾਰ ਅਫਸਰਾਂ ਦੀਆਂ 61 ਅਤੇ ਕੁੱਲ 168 ਸਾਮੀਆਂ ਪਰੰਦੇ ਲਈ ਇਸ਼ਤਿਹਾਰ ਜਾਰੀ ਕੀਤੇ ਹਨ। ਕੈਨੇਡਾ ਤੋਂ ਭੇਜੀ ਭਾਰਤ ਲਈ ਭੇਜੇ ਜਾ ਰਹੇ ਨੇ ਵੈਂਟੀਲੇਟਰ ਅਤੇ ਹੋਰ ਮੈਡੀਕਲ ਉਪਕਰਨ ਨੀਨਾ ਟਾਂਗਰੀ। ਇਸ ਦੌਰਾਨ ਕੈਨੇਡਾ ਸਰਕਾਰ ਆਪਣੇ ਦੋਸਤਾਂ ਦੇ ਭਾਈਵਾਲਾਂ ਦਾ ਸਮਰਥਨ ਕਰਨ ਲਈ ਸਭ ਕੁਝ ਕਰ ਰਹੀ ਹੈ ਜੋ ਉਹ ਕਰ ਸਕਦੀ ਹੈ। ਇਹਨਾਂ ਕੋਸ਼ਿਸ਼ਾਂ ਵਿੱਚ ਜਿਵੇਂ ਕਿ ਅਸੀਂ ਆਪਣੇ ਹਸਪਤਾਲਾਂ ਵਿੱਚ ਸਖਤ ਨਿਗਰਾਨੀ ਇਕਾਈਆਂ ਦੀ ਸਥਿਤੀ ਦੀ ਨੇੜੇ ਨਜ਼ਰ ਰੱਖਦੇ ਅਸੀਂ ਭਾਰਤ ਵਿੱਚ ਆਪਣੇ ਦੋਸਤਾਂ ਲਈ ਵਧੇਰੇ ਕਰਨ ਦੀ ਆਪਣੀ ਯੋਗਤਾ ਤੇ ਵਧੇਰੇ ਭਰੋਸਾ ਕਰ ਸਕਦੇ ਹਾਂ ਐਸਬੀਆਈ ਗਾਹਕਾਂ ਦੇ ਲਈ ਜ਼ਰੂਰੀ ਸੂਚਨਾ ਅੱਜ ਤੋਂ 23 ਮਈ ਤੱਕ ਬੰਦ ਰਹੇਗੀ ਬੈਂਕਿੰਗ ਸਰਵਿਸਿਜ਼ ਉਹ ਜੇਕਰ ਤੁਸੀਂ ਵੀ ਐਸਬੀਆਈ ਦੇ ਗਾਹਕ ਹੋ ਤਾਂ ਤੁਹਾਡੇ ਲਈ ਬਹੁਤ ਮਹੱਤਵਪੂਰਨ ਖਬਰ ਹੈ ਐਸਬੀਆਈ ਨੇ ਆਪਣੀ ਸੇਵਾ ਨਾਲ ਜੁੜੀ ਜਾਣਕਾਰੀ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਐਸਬੀਆਈ ਨੇ ਟਵੀਟ ਕੀਤਾ ਕਿ ਮੇਨਟੇਨਸ ਗਤੀਵਿਧੀ ਦੇ ਕਾਰਨ ਬੈਂਕ ਕਦੀਆਂ ਕੁਝ ਸੇਵਾਵਾਂ ਇਸ ਸਮੇ 21 ਮਈ ਤੋਂ 23 ਮਈ ਤੱਕ ਬੰਦ ਰਹਿਣਗੀਆਂ ਐਸਬੀਆਈ ਨੇ ਕਹਿਣਾ ਹੈ ਕਿ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬੈਂਕਿੰਗ ਤਜਰਬੇ ਪ੍ਰਦਾਨ ਕਰਨ ਲਈ ਸੇਵਾਵਾਂ ਨੂੰ ਸੁਚਾਰੂ ਰੱਖਣ ਦੇ ਰਕ ਰਕਾਵ ਕੀਤੇ ਜਾਣੇ ਚਾਹੀਦੇ ਹਨ ਕਰੋਨਾ ਦੀ ਆਫਤ ਦਰਮਿਆਨ ਵੀ ਭਾਰਤ ਦੇ ਵਪਾਰਕ ਹਾਲਾਤਾਂ ਦੀ ਸ਼ਾਨਦਾਰ ਸੰਯੁਕਤ ਰਾਸ਼ਟਰ ਵਿਸ਼ਵ ਦੇ ਵਿੱਚ ਫੈਲੀ ਕਰੋਨਾ ਦੀ ਲਾਗ ਦੀ ਬਿਮਾਰੀ ਦੇ ਦਰਮਿਆਨ ਭਾਰਤ ਵਿੱਚ ਵਪਾਰਕ ਹਾਲਤ ਦੁਨੀਆ ਦੇ ਹੋਰ ਵੱਡੀਆਂ ਵਿਕਸਿਤ ਅਰਥਵਿਵਸਥਾਵਾਂ ਦੇ ਮੁਕਾਬਲੇ ਕਾਫੀ ਸ਼ਾਨਦਾਰ ਰਹੀ ਹੈ ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 2021 ਦੀ ਪਹਿਲੀ ਤਮਾਈ ਵਿੱਚ ਵਿਸ਼ਵ ਪੱਧਰੀ ਵਪਾਰ ਨੂੰ ਤੇਜ਼ੀ ਨਾਲ ਵਾਧਾ ਹੋਇਆ ਜਿਸ ਤੋਂ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਚੀਨ ਤੋਂ ਵੱਗ ਦੱਖਣੀ ਅਫਰੀਕਾ ਵੀ ਪਹਿਲੀ ਤਮਾਈ ਚ ਪਿਛਲੇ ਸਾਲ ਦੇ ਮੁਕਾਬਲੇ ਚੰਗਾ ਵਪਾਰ ਕੀਤਾ ਹੈ ਸੰਯੁਕਤ ਰਾਸ਼ਟਰ ਵਪਾਰ ਵਿਕਾਸ ਸੰमेलन ਦੇ ਹੰਕ ਟਾੜ ਦੀ ਰਿਪੋਰਟ ਦੇ ਅਨੁਸਾਰ ਜਨਵਰੀ ਮਾਰਚ 2021 ਚ ਪਿਛਲੇ ਸਾਲ ਦੇ ਮੁਕਾਬਲੇ ਭਾਰਤ ਦੇ ਉਤਪਾਦਾਂ ਦਾ ਆਯਾਤ ਜੋ 45% ਦੀ ਤੇਜ਼ੀ ਨਾਲ ਵਾਧਾ ਹੋਇਆ ਹੈ ਇੱਕ ਪਾਸੇ ਦੀ ਆਵਾਜ਼ਾਈ 24 ਘੰਟੇ ਦੀ ਮੀਟਿੰਗ ਤੱਕ ਠੱਪ ਰਹੇਗੀ ਕਿਸਾਨਾਂ ਗੂ ਭਾਰਤ ਕੇਂਦਰ ਸਰਕਾਰ ਦੇ ਪ੍ਰਸਤਾਵਿਤ ਬਿੱਲ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਪ੍ਰੋਜੈਕਟ ਦੇ ਵਿਰੋਧ ਚ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ 24 ਮਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਭਵਾਨੀਗੜ੍ਹ ਸਬਡਿਵੀਜ਼ਨ ਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੀਟਿੰਗ ਸੰਬੰਧੀ ਸਰਕਾਰ ਦਾ ਪੱਤਰ ਵੀਰਵਾਰ ਨੂੰ ਲਿਆ ਕਰੋਨਾ ਵਾਇਰਸ ਦੀ ਤੀਜੀ ਲਹਿਰ ਦੀ ਚੇਤਾਵਨੀ ਮਗਰੋਂ ਕੈਪਟਨ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਉਹਨਾਂ ਨੇ ਬੱਚਿਆਂ ਦੇ ਉੱਪਰ ਪੈਣ ਵਾਲੇ ਪ੍ਰਭਾਵਨ ਦੇ ਖਤਰੇ ਨੂੰ ਗੰਭੀਰਤਾ ਨਾਲ ਲਿਆ ਤੇ ਉਹਨਾਂ ਨੇ ਇਸ ਬਾਰੇ ਟਾਕਰੇ ਦੇ ਲਈ ਸਿਹਤ ਵਿਭਾਗ ਨੂੰ ਤਿਆਰੀਆਂ ਦੇ ਹੁਕਮ ਦਿੱਤੇ ਹਾਈ ਕਮਾਂਡ ਦੀ ਘੁਰਕੀ ਮਗਰੋਂ ਪੰਜਾਬ ਚ ਕਾਂਗਰਸ ਚ ਕਸਮਾਨ ਨਵਜੋਤ ਸਿੱਧੂ ਨੇ ਜਾਕੜ ਤੇ ਦਾਗੇ ਤਿੱਖੇ ਬਿਆਨ ਨਵਜੋਤ ਸਿੰਧੂ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਉਹ ਲਗਾਤਾਰ ਕੈਪਟਨ ਸਰਕਾਰ ਦੇ ਉੱਪਰ ਹਮਲੇ ਤੇ ਹਮਲੇ ਕਰਦੇ ਜਾ ਰਹੇ ਹਨ